ਹੇ ਕਿਦਾਂ ਦੋਸਤੋ, ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਸਿੱਧੂ ਇੰਨਾ ਫੇਮਸ ਕਾਹ ਤੋਂ ਹੋਇਆ? ਉਸ ਦਾ ਮੇਨ ਰੀਜ਼ਨ ਉਸ ਦੀ ਕਲਮ, ਉਸ ਦੇ ਵਿਚਾਰ, ਉਸ ਦਾ ਮਾਇੰਡ ਸੈੱਟ ਐਂਡ ਉਸ ਦੀ ਸੱਚੀ ਨੀਅਤ ਵਾ, ਜਿਸ ਦਾ ਐਗਜ਼ਾਮਪਲ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿਚਕਾਰ ਪੂਰੇ ਕਲੀਅਰ ਤਰੀਕੇ ਨਾਲ ਦੇ ਦੇਵਾਂਗਾ। ਚਲੋ ਬਾਈ। ਇਹ ਬੰਦਾ ਮਾਰਨਾ ਚਾਹੁੰਦਾ ਸੀ ਸਿੱਧੂ ਬਾਈ ਦੇ ਪੰਚ, ਪਰ ਜਦ ਇਹ ਬਾਈ ਸਿੱਧੂ ਬਾਈ ਦੇ ਪੰਚ ਮਾਰਨ ਲਈ ਸਟੇਜ ਉੱਤੇ ਗਿਆ ਤਾਂ ਇਸ ਦੀ ਮੁਲਾਕਾਤ ਸਿੱਧੂ ਬਾਈ ਨਾਲ ਹੋਈ। ਮੁਲਾਕਾਤ ਤੋਂ ਬਾਅਦ ਇਸ ਦੇ ਵਿਚਾਰ ਸਿੱਧੂ ਬਾਈ ਨੂੰ ਪੰਚ ਮਾਰਨ ਤੋਂ ਲੈ ਕੇ ਪੂਰੀ ਤਰ੍ਹਾਂ ਬਦਲ ਗਏ। ਕੀ ਹੋਇਆ ਐਸਾ ਇਸ ਵੀਡੀਓ ਦੇ ਵਿਚਕਾਰ, ਲਓ ਤੁਸੀਂ ਵੀ ਦੇਖ ਲਵੋ। ਮੈਂ ਪੰਚ ਮਾਰਿਆ ਸੀ ਸਿੱਧੂ ਸਮੋਸੇ ਵਾਲਾ, ਉਹ ਉਹਨਾਂ ਨੂੰ ਪਤਾ ਸੀ ਮੈਂ ਮਾਰਨਾ ਪੰਚ, ਤੇ ਮੈਂ ਬਹਿ ਗਿਆ। ਸਿੱਧੂ ਬਾਈ ਦੀ ਐਂਟਰੀ ਹੋਈ ਉਧਰੋਂ, ਤੇ ਮੈਂ ਦੇਖਿਆ ਟੇਢੀ ਨਜ਼ਰ ਨਾਲ, ਪਰ ਮੈਂ ਬੁਲਾਇਆ ਨਹੀਂ। ਉਹ ਬਾਈ ਨਾਲ ਲੋਕੀ ਫੋਟੋਆਂ ਖਿਚਾ ਰਹੇ ਨੇ, ਉਹ ਚਾਰ ਬੰਦੇ ਛੱਡ ਕੇ ਮੇਰੇ ਕੋਲ ਆਇਆ। ਹੋਰ ਕਿੰਗ ਵੀਰੇ ਕਿੱਦਾਂ? ਮੈਂ ਨਾ ਆਪਣੇ ਆਪ ਨੂੰ ਉਸ ਟਾਈਮ ਇੰਨਾ ਛੋਟਾ ਫੀਲ ਕੀਤਾ ਕਿ ਮੈਂ ਕਿਹੜੀ ਆਕੜ 'ਚ ਖੜਾ ਇੱਥੇ। ਮੈਨੂੰ ਕਹਿੰਦਾ ਬਾਈ ਵੀਡੀਓ ਬਾਲੀਆਂ ਘੈਂਟ ਹੁੰਦੀਆਂ। ਮੈਂ ਕਿਹਾ ਤੁਸੀਂ ਦੇ ਦਿਓ। ਕਹਿੰਦਾ ਹਾਂ ਬਾਈ, ਤੁਸੀਂ ਮੇਰੀ ਬਾਲੀ ਕਿੱਟ ਲੈਂਦੇ ਹੋ। ਮੈਂ ਕਿਹਾ ਵੀਰੇ ਉਹ ਤਾਂ ਪ੍ਰਮੋਸ਼ਨ ਲਈ ਬਣਾਈ ਸੀ। ਕਹਿੰਦਾ ਨਹੀਂ, ਕਹਿੰਦਾ ਬਹੁਤ ਘੈਂਟ, ਕਹਿੰਦਾ ਮੈਂ ਬਹੁਤ ਸਵਾਦ ਆਉਂਦਾ ਦੇਖ ਕੇ। ਉਹ ਬੰਦੇ ਨੇ ਗੱਲ ਕਹਿ ਕੇ ਚਲਾ ਗਿਆ, ਪਰ ਮੇਰਾ ਉਹ ਜਿਹੜੀ ਫਸਟ ਮੀਟਿੰਗ ਸੀ, ਮੈਂ ਕਿਹਾ ਯਾਰ ਅਗਰ ਉਹ ਬੰਦਾ ਇੱਥੇ ਪਹੁੰਚਿਆ ਹੋਇਆ, ਉਹ ਕਿਉਂ ਪਹੁੰਚਿਆ, ਇਹ ਰੀਜ਼ਨ ਹੈ ਉਹਦਾ। ਕਿਉਂ ਮੰਨਦੇ ਤੁਸੀਂ ਵੀ ਸਿੱਧੂ ਬਾਈ ਨੂੰ? ਐਵੇਂ ਤਾਂ ਨਹੀਂ ਕਹਿੰਦੇ ਆਓ ਦਿਲ ਤਾਂ ਨਹੀਂ ਮਾੜਾ। ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ, ਬਸ ਹੁਣ ਤਾਂ ਉਡੀਕ ਹੈ ਅਟੈਚ ਤੋਂ ਬਾਅਦ ਫੈਂਟਮ ਸੌਂਗ ਦੀ।